आज मैं आपको लेकर आया पंजाब के एक छोटे से गांव में, जहां पर मैं आपको दिखाऊंगा कैसे ताजा सरसों का साग खेतों से तोड़कर और कैसे इसको देसी तरीके से चूल्हे पे बनाया जाता है। तो चलिए चलते हैं, इसका पूरा प्रोसेस देखते हैं। तो एक एक करके देख सकते हो हमारे यहाँ पे सरसों को तोड़ा जा रहा है। तो पाजी कितना तोड़ लेते हैं दिन में सरसों यहाँ पे? वही 20-25 किलो। अभी तो यहाँ पे कितना सारा साग तोड़ लिया, तो अभी क्या करने जा रहे हैं भैया? ये पार्क कटन जा रहे हैं, अपने साग च पौनी है। बिल्कुल बिल्कुल, सरसों साग में पैंदी है। तो पालक की हमारी यहाँ पे कटिंग हो चुकी है, हुण आपां साग तोड़ लिया, इनू धो के मशीन नाल कटांगे, इनू कट के फिर आपां तरांगे। तो हमारा साग यहाँ पे आ चुका है, अब इसको अच्छे से सफाई कर ली जाएगी। तो अब सरसों को पानी में डाल के इसकी अच्छे से यहाँ पे सफाई की जाएगी। तो वैसे सरसों में मिट्टी लगी नहीं है, बट तब भी इसको अच्छे से यहाँ पे साफ कर लिया जाएगा पानी के साथ। तो सरसों की अच्छे से सफाई हो चुकी है, अब इसको पानी से निकाल लिया जाएगा। तो सफाई हो चुकी है, पाजी अब क्या करेंगे? इन्हें अपन कटिंग करनी है। तो कटिंग करने की यहाँ पे इन्होंने मशीन ली है। हाँ जी हाँ जी, लाइए इसके अच्छे से यहाँ पे कटिंग की जाएगी। तो पाजी सारा काम आप ही करते हैं यहाँ पे? हाँ जी हाँ जी, वो अपना हुण जिहड़ा सरवंट पट्ठे पाउंदा, नहीं तो उन्होंने आप जो मैं दुकान पर हूँ उन्हें कुतर देना है। तो आपकी दुकान में जो भी साग मिलता है एकदम फ्रेश मिलता है साग? बिल्कुल बिल्कुल, हाँ जी हाँ जी, फ्रेश फ्रेश साग। ਜਿੱਦਾਂ ਹੁਣ ਸਾਗ ਜਿੱਦਾਂ ਜਿੱਦਾਂ ਬਣੀ ਗਿਆ ਥੱਲੇ ਜਾਈ ਜਾਣਾ, ਹੋਰ ਆਪਾਂ ਸਾਗ ਪਾਈ ਜਾਣਾ ਇਹ 'ਚ। ਸਾਗ ਨੂੰ ਗਰਮ ਪਾਣੀ ਮੇ ਡਾਲ ਦਿਆ ਗਿਆ? ਨਹੀਂ ਠੰਡੇ 'ਚ ਪਾਣੀ, ਉਹਦਾ ਠੰਡਾ ਹੀ ਪਾਉਣਾ ਕੋਈ, ਇਹ ਤਾਂ ਟਾਈਮ ਬੱਚਤ ਕਰਕੇ ਆਪਾਂ ਪਹਿਲਾਂ ਗਰਮ ਕਰ ਲਿਆ ਵੀ। ਤੋ ਇਹ ਆ ਗਿਆ ਸਰਸੋਂ ਦਾ ਸਾਗ, ਮਿੱਟੀ ਦੇ ਬਰਤਨ ਮੇ ਦੇਖ ਉਸਕੋ ਡਾਲਾ ਜਾ ਰਿਹਾ ਹੈ। ਤੋ ਉੱਪਰ ਤੱਕ ਮਿੱਟੀ ਦਾ ਬਰਤਨ ਬਣ ਚੁੱਕਾ ਹੈ, ਇਸਕੋ ਅੱਛੇ ਸੇ ਗਲਾਇਆ ਜਾਏਗਾ ਸੀ। ਇਹ ਆਪਾਂ ਹਰੀ ਮਿਰਚ ਆ ਗਈ ਆਪਣੀ, ਤੋ ਸਾਗ ਡਾਲ ਦਿਆ ਹੈ, ਹਰੀ ਮਿਰਚ ਆ ਗਈ, ਨਮਕ ਡਾਲਾ ਜਾ ਰਿਹਾ, ਨਮਕ। ਤੋ ਸਦਾ ਜੀ ਮਿਰਚ ਗਲ ਜਾਏਗੀ ਇਸਮੇ? ਹਾਂਜੀ ਗਲ ਜਾਣੀ ਹੈ। ਤੋ ਇਸਕੇ ਬਾਅਦ ਕੀ ਕਰੇਗਾ? ਇਹਨੂੰ ਆਪਾਂ ਜਦੋਂ ਅੱਲਣ ਪਾਉਣਾ ਇਹਦੇ ਵਿੱਚ, ਜਦੋਂ ਇਹ ਘੁਲ ਗਿਆ 7-8 ਘੰਟੇ ਬਾਅਦ ਘੁਲ ਗਿਆ, ਫਿਰ ਵਿੱਚ ਮੱਕੀ ਦੇ ਆਟੇ ਦਾ, ਤੁਹਾਡੇ ਜਿਹੜਾ ਹਿਮਾਚਲ ਦਾ ਆਟਾ ਆ ਉਸ ਆਟੇ ਦਾ ਅੱਲਣ ਪਾਉਣਾ। ਸੋ ਸਾਗ ਨੂੰ ਘੋਟਣੇ ਕੇ ਲਈ ਯਹਾਂ ਪੇ ਮਦਾਨੀ ਆ ਚੁੱਕੀ ਹੈ, ਅਬ ਸਾਗ ਕੋ ਯਹਾਂ ਪੇ ਅੱਛੇ ਸੇ ਘੋਟ ਲਿਆ ਜਾਏਗਾ। ਹਾਂਜੀ ਆਧੇ ਸੇ 1 ਘੰਟਾ ਯਹਾਂ ਪੇ ਹੋ ਚੁੱਕਾ ਹੈ, ਸਾਗ ਦੇਖੋ ਗੱਲਾਂ ਸਟਾਰਟ ਹੋ ਚੁੱਕਾ ਹੈ ਹਮਾਰੇ ਯਹਾਂ ਪੇ। ਹੋਰ ਹੁਣ ਸਾਗ ਪਾਉਣਾ ਆਪਾਂ ਇੱਥੇ? ਤੋ ਟੋਟਲ 7-8 ਘੰਟੇ ਲੱਗ ਜਾਂਦੇ ਤੋ ਗੱਲ ਨੇ? ਹਾਂਜੀ ਹਾਂਜੀ 7-8 ਘੰਟੇ ਲੱਗ ਜਾਣਗੇ। ਤੋ ਇੱਕਦਮ ਆਰਾਮ ਆਰਾਮ ਸੇ ਇਸਕੋ ਘੋਟਾ ਜਾਏਗਾ। ਹਾਂਜੀ ਕਿਉਂਕਿ ਮਿੱਟੀ ਕੇ ਬਰਤਨ ਮੇ ਬਣਾਇਆ ਜਾ ਰਿਹਾ ਹੈ, ਤੋ ਬਹੁਤ ਹੀ ਡੈਲੀਕੇਟ ਹੋਤਾ ਹੈ ਯੇ। ਸਾਗ ਨੂੰ ਤੜਕਾ ਲਾਉਣ ਲਈ ਆਪਾਂ ਲਸਣ ਕੱਟ ਰਹੇ ਹਾਂ, ਉਹਦੀ ਕਟਾਈ ਹੋ ਰਹੀ ਆ, ਤਾਂ ਫਿਰ ਹੁਣ ਆਪਾਂ ਇਹਨੂੰ ਸਾਗ ਨੂੰ ਉੱਧਰ ਪਾਵਾਂਗੇ। ਹਮਾਰਾ ਮਿੱਟੀ ਦਾ ਬਰਤਨ ਯਹਾਂ ਪੇ ਗਰਮ ਹੋ ਚੁੱਕਾ ਹੈ, ਅਬ ਇਸਮੇ ਤੜਕਾ ਲਗਾਇਆ ਜਾਏਗਾ। ਤੋ ਸਭ ਤੋਂ ਪਹਿਲੇ ਇਸਮੇ ਆਇਲ ਡਾਲਾ ਜਾਏਗਾ, ਤੋ ਆਇਲ ਕੌਨ ਸਾ ਰਹਿਤਾ ਭਾਜੀ? ਕੋਟਨ ਆਇਲ ਰਹਿਤਾ ਹੈ। ਹਾਂਜੀ, ਤੋ ਸਭ ਤੋਂ ਪਹਿਲੇ ਯਹਾਂ ਪੇ ਦੇਖ ਸਕਤੇ ਹੋ? ਹਾਂਜੀ ਹਾਂਜੀ, ਹਮਾਰਾ ਲਸਣ ਆ ਚੁੱਕਾ ਹੈ। ਹਾਂਜੀ ਹਾਂਜੀ, ਲਸਣ ਪਿਆਜ਼ ਅਦਰਕ ਅਤੇ ਟਮਾਟਰ, ਲਸਣ ਪਹਿਲਾਂ ਪਾਤਾ ਜੀ ਅਤੇ ਅਦਰਕ ਆਪਾਂ ਹੁਣ ਪਾਇਆ, ਹੁਣ ਆਪਾਂ ਹਰੀ ਮਿਰਚ ਪਾ ਰਹੇ ਹਾਂ ਇਹ 'ਚ, ਪਾਤੀ ਆ। ਤੋ ਦੇਖ ਸਕਤੇ ਹੋ ਅੱਛੇ ਸੇ ਸਾਰੀ ਚੀਜ਼ਾਂ ਅੱਛੀ ਬੁਨ ਚੁੱਕੀ ਹੈ, ਅਬ ਇਸਮੇ ਨਮਕ ਡਾਲਾ ਜਾ ਰਿਹਾ ਹੈ। ਹੁਣ ਆਪਾਂ ਇਹਦੇ ਵਿੱਚ ਨਮਕ ਪਾਤਾ ਆ, ਹੁਣ ਮਸਾਲਾ ਪਾ ਰਹੇ ਹਾਂ। ਇਹ ਆ ਗਿਆ ਮਸਾਲਾ ਭਾਈ, ਦੋ ਕੱਪ ਚਾਹ। ਅੱਛਾ, ਤੋ ਹਮਾਰਾ ਤੜਕਾ ਬਣਾਇਆ ਹੋਇਆ ਥਾ, ਉਹ ਇਸਮੇ ਲਗਾਇਆ ਜਾ ਰਿਹਾ ਹੈ। ਔਰ ਹਮਾਰੇ ਤੜਕਾ ਆਪਾਂ ਜਿਹੜਾ 10 ਮਿੰਟ ਪਹਿਲਾਂ ਭੁੰਨਿਆ ਸੀਗਾ, ਹੁਣ ਆਪਾਂ ਤੜਕਾ ਪਾਤਾ ਆ। ਤੋ ਹਮਾਰਾ ਸਾਗ ਯਹਾਂ ਪੇ ਆ ਚੁੱਕਾ ਹੈ, ਅਬ ਇਸਕੋ ਕੰਟੇਨਰ ਮੇ ਡਾਲਾ ਜਾ ਰਿਹਾ ਹੈ। ਤੋ ਭਾਜੀ, ਇਸਕੋ ਕਿਤਨੇ ਘੰਟੇ ਪਕਾਇਆ ਗਿਆ ਥਾ? ਇਹਨੂੰ 8 ਘੰਟੇ। ਤੋ ਸਾਗ ਕੋ ਯਹਾਂ ਪੇ ਹਮਾਰੇ ਅੱਛੇ ਸੇ ਤੜਕਾ ਲੱਗ ਚੁੱਕਾ ਹੈ। ਮੱਕੀ ਦੀ ਰੋਟੀ ਆਪਾਂ ਲਾਵਾਂਗੇ ਅੱਛੇ ਸੇ, ਪਹਿਲੇ ਇਸਕਾ ਪੇੜਾ ਬਣਾਇਆ ਜਾਏਗਾ। ਤੋ ਯਹਾਂ ਪੇ ਆਪ ਦੇਖ ਸਕਤੇ ਹੋ ਮੱਕੀ ਕੀ ਰੋਟੀ ਕੋ ਅੱਛੇ ਸੇ ਸ਼ੇਪ ਦੀ ਜਾ ਰਹੀ ਹੈ। ਅੱਜ ਤਾਂ ਆਪਾਂ ਕੱਲਾ ਹੀ ਮੱਕੀ ਦੇ ਆਟੇ ਦੀ ਰੋਟੀ ਬਣਾਉਂਦੇ ਹਾਂ, ਇਹਦਾ ਟੇਸਟ ਤੁਸੀਂ ਉਹਨੇ ਹੀ ਤੋੜ ਕੇ ਬੁਰਕੀ ਦੇਖਿਓ, ਤੇ ਉਹਦੇ ਅੰਦਰ ਨੂੰ ਜਾਣੀ ਹੈ ਰੋਟੀ, ਹਨਾ। ਜਿਹਦੇ ਵਿੱਚ ਬੇਸਣ ਪਾਤਾ, ਕਣਕ ਦਾ ਆਟਾ ਪਾਤਾ, ਉਹ ਟੇਸਟ ਉਹਦਾ ਖਰਾਬ ਹੋ ਜਾਂਦਾ ਹੈ। ਤੋ ਤਵੇ ਪੇ ਹਮਾਰੀ ਮੱਕੀ ਕੀ ਰੋਟੀ ਲਗਾਈ ਜਾਏਗੀ। ਅੱਗੇ ਬਜ਼ੁਰਗ ਆਪਾਂ ਲਫਾਫੇ ਦੇ ਬਣਾਉਂਦੇ, ਬਜ਼ੁਰਗ ਸਿੱਧੀਆਂ ਬਣਾਉਂਦੇ ਹੁੰਦੇ ਸੀਗੇ। ਤੋ ਰੋਟੀ ਹਲਕੀ ਸੀ, ਇੱਕ ਸਾਈਡ ਤੋਂ ਅੱਛੇ ਸਿੱਕ ਚੁੱਕੀ ਹੈ। ਤੁਹਾਡੀ ਮੱਕੀ ਕੀ ਰੋਟੀ ਲੱਗ ਕੇ ਰੈਡੀ ਹੋ ਚੁੱਕੀ ਹੈ, ਸਰਸੋਂ ਦਾ ਸਾਗ ਵੀ ਰੈਡੀ ਹੋ ਚੁੱਕਾ ਹੈ, ਤੋ ਉਸਕੋ ਜਲਦੀ ਟੇਸਟ ਕਰਤੇ ਹੋ, ਦੇਖਤੇ ਕੈਸਾ ਟੇਸਟ। तो मैंने आपको दिखा दिया था कि मक्की की रोटी सरसों का साग इन्होंने कैसे बनाया था, तो चलिए चलते हैं इसको टेस्ट कर लेते हैं। तो ये आगे इनकी गर्मा गर्म मक्की की रोटी, और ये आगे गर्मा गर्म इनका सरसों का साग। तो वाकई में मक्की की रोटी और सरसों का साग खा के मज़ा ही आ गया। तो उनके खुद के खेतों का सरसों का साग था, मिट्टी के बर्तन में ही बनाया गया, मिट्टी के बर्तन में तड़का लगाया गया, और जो उसका स्वाद आ रहा है बहुत ही ज़्यादा टेस्टी है। तो जैसे किसान खेतों में मेहनत करता है, वैसे ही पाजी यहाँ पे अपने रेस्टोरेंट में बहुत मेहनत करते हैं, बहुत ही मेहनत से यहाँ पे मक्की की रोटी और सरसों का साग लगाते हैं। तो यहाँ पे आके इनको जरूर सपोर्ट कीजिए। तो टाइमिंग क्या रहती है आपकी यहाँ पे शॉप की? टाइमिंग की सवेर उधर तो शेफ 8 बजे आ जाते हैं, फिर भी कस्टमर को टाइम 8:30 तक दी जाए, 8:30 से 8:30। और हफ्ते में कितने दिन लगाते हो यहाँ पे? पूरे दिन, डेली
हाँ जी पूरे दिन। कोई छुट्टी नहीं रहती? नहीं कोई छुट्टी नहीं। दुकान का नाम और एड्रेस बता दीजिए कहाँ पे? दुकान का नाम है बेबी दी रसोई। ये लोकेशन हैगी एक साइड से SGL पैंदा गढ़ा रोड SGL दे लागे ते एक साइड से पिम्स हॉस्पिटल ताजाड़ी मार्केट क्रिस्टल प्लाजा। तो मेरा फोन नंबर है 98722 38531। और पूरी की पूरी प्लेट आपको मिल जाएगी 99 रुपीज़ में। 99 रुपीज़ में ये अनलिमिटेड सब्जी देते हैं। तो इस थाली को मैं यहाँ पे जल्दी से फिनिश करता हूँ और मिलता हूँ आपसे नेक्स्ट वीडियो में।